In a three elements x, y, z have atomic number 7, 8, 9 respectively. Arrange them in this decreasing order of atomic number. Atomic number no decreasing order ch arrange karna. Sorry, atomic radii. Atomic radii no decreasing order ch arrange karna. Sab to pehla x, y, z hai. X the 7 hai. Atomic number ta matlab nitrogen hai. Jira y hai o 8 hai matlab oxygen hai. Z hai. ਦਾ 9 ਹੈ ਮਤਲਬ ਫਲੋਰੀਨ ਹੈ ਆਪਾਂ ਨੂੰ ਤਿੰਨੋਂ ਐਲੀਮੈਂਟਸ ਪਤਾ ਲੱਗ ਗਏ ਹੁਣ ਆਪਾਂ ਨੂੰ ਇਹ ਪਤਾ ਹੈ ਇਹ ਤਿੰਨੋਂ ਐਲੀਮੈਂਟਸ ਪੀਰੀਅਡ 'ਚ ਅਰੇਂਜ ਹੁੰਦੇ ਨੇ ਸੈਕਿੰਡ ਪੀਰੀਅਡ ਦੇ ਵਿੱਚ ਹੁਣ ਪੀਰੀਅਡ 'ਚ ਜਾਂਦੇ ਹੋਏ ਐਟੋਮਿਕ ਸਾਈਜ਼ ਡਿਕਰੀਜ਼ ਕਰਦਾ ਹੈ ਮਤਲਬ ਇਹਦਾ ਜ਼ਿਆਦਾ ਹੋਊਗਾ ਇਹਦਾ ਉਹ ਤੋਂ ਘੱਟ ਇਹਦਾ ਉਹ ਤੋਂ ਘੱਟ ਡਿਕਰੀਜ਼ਿੰਗ ਆਰਡਰ ਕੀ ਹੋਇਆ ਐਨ ਵਾਈ ਜ਼ੈਡ ਸੋਰੀ ਐਨ ਐਕਸ ਵਾਈ ਜ਼ੈਡ ਫਿਰ ਉਹ ਤੋਂ ਬਾਅਦ ਅਗਲਾ ਕੁਸ਼ਚਨ ਹੈ ਵਿਚ ਆਫ ਦੀਜ਼ ਇਜ਼ ਮੋਸਟ ਇਲੈਕਟ੍ਰੋਨੈਗੇਟਿਵ ਇਲੈਕਟ੍ਰੋਨੈਗੇਟਿਵ ਦੱਸਣਾ ਹੁਣ ਇਲੈਕਟ੍ਰੋਨੈਗੇਟਿਵਿਟੀ ਐਟੋਮਿਕ ਰੇਡੀਆਈ ਦੇ ਓਪੋਜ਼ਿਟ ਹੁੰਦੀ ਹੈ ਆਪਾਂ ਪੜ੍ਹਿਆ ਸੀ ਜਿੰਨਾ ਐਟੋਮਿਕ ਸਾਈਜ਼ ਘਟੂਗਾ ਇਲੈਕਟ੍ਰੋਨੈਗੇਟਿਵਿਟੀ ਨੇ ਵਧਣਾ ਇਲੈਕਟ੍ਰੋ ਪੋਜ਼ਿਟਿਵਿਟੀ ਨੇ ਘੱਟ ਜਾਣਾ ਸਭ ਤੋਂ ਘੱਟ ਕਿਹਦਾ ਹੈ ਐਟੋਮਿਕ ਰੇਡੀਆਈ ਜ਼ੈੱਡ ਦਾ ਫਿਰ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਕਿਹਦੀ ਹੋਊਗੀ ਜ਼ੈੱਡ ਦੀ ਇਹ ਆਨਸਰ ਫਿਰ ਹੈ ਫਾਰਮੂਲਾ ਆਫ ਕੰਪਾਊਂਡ ਬਿਟਵੀਨ ਐਕਸ ਐਂਡ ਵਾਈ ਅਤੇ ਐਕਸ ਐਂਡ ਜ਼ੈੱਡ ਇਹਨਾਂ ਦੋਨਾਂ 'ਚ ਕੰਪਾਊਂਡ ਬਣਾਉਣਾ ਫਿਰ ਕੰਪਾਊਂਡ ਬਣਾਉਣ ਲਈ ਵੈਲੈਂਸੀ ਚਾਹੀਦੀ ਹੁੰਦੀ ਹੈ ਫਿਰ ਆਪਾਂ ਤਿੰਨਾਂ ਦੀ ਵੈਲੈਂਸੀ ਫਾਇੰਡ ਕਰ ਲਈ ਐਕਸ ਦੀ ਕਨਫੀਗਰੇਸ਼ਨ ਹੈ 2 5 ਵੈਲੈਂਸੀ 3 ਵਾਈ ਦੀ ਕਨਫੀਗਰੇਸ਼ਨ 2 6 ਵੈਲੈਂਸੀ 2 ਜ਼ੈੱਡ ਦੀ 2 7 ਵੈਲੈਂਸੀ 1 ਹੁਣ ਐਕਸ ਵਾਈ 'ਚ ਕੰਪਾਊਂਡ ਬਣਾਉਣਾ ਐਕਸ ਵਾਈ ਐਕਸ ਦੀ ਵੈਲੈਂਸੀ 3 ਹੈ ਵਾਈ ਦੀ 2 ਹੈ ਕੰਪਾਊਂਡ ਬਣਿਆ ਐਕਸ 2 y 3 ਹੁਣ ਐਕਸ ਜ਼ੈੱਡ 'ਚ ਕੰਪਾਊਂਡ ਬਣਾਉਣਾ ਐਕਸ ਦੀ ਵੈਲੈਂਸੀ 3 ਹੈ ਜ਼ੈੱਡ ਦੀ 1 ਹੈ ਉਹ ਕੀਤਾ ਐਕਸ 1 ਜ਼ੈੱਡ 3 ਆਪਣੇ ਦੋਨੋਂ ਕੰਪਾਊਂਡਸ ਬਣ ਗਏ